ਅਸੀਂ ਤੁਹਾਡੇ ਤੋਂ ਸਵਾਲ ਪੁੱਛਿਆ ਸੀ ਕਿ ਕੁਲਭੂਸ਼ਣ ਮਾਮਲੇ ਦੇ ਵਿੱਚ ਭਾਰਤ ਦੀ ਜਿੱਤ ਵੱਡੀ ਕਾਮਯਾਬੀ ਹੈ। ਹਾਂ ਦੇ ਲਈ ਟਾਈਪ ਕਰੋ ZPHS ਸਪੇਸ ਜਵਾਈ, ਨਾ ਦੇ ਲਈ ਟਾਈਪ ਕਰੋ ZPHS ਸਪੇਸ ਜਵਾਈ ਤੇ ਆਪਣੇ ਜਵਾਬ 57575 ਤੇ SMS ਕਰ ਦਿਓ। ਇਸ ਵੇਲੇ ਕਾਲ ਕਰ ਸਕਦੇ ਹੋ 1800180335 ਤੇ। ਸਾਡੇ ਨਾਲ ਪਹਿਲੇ ਕਾਲਰ ਸ਼ਮਸ਼ੇਰ ਜੀ ਜੁੜ ਚੁੱਕੇ ਨੇ ਫੋਨ ਲਾਈਨ ਤੇ। ਸ਼ਮਸ਼ੇਰ ਜੀ ਕੀ ਕਹਿਣਾ ਚਾਹੋਗੇ? ਸ਼ਮਸ਼ੇਰ ਜੀ ਤੁਹਾਡੇ ਤੱਕ ਆਵਾਜ਼ ਪਹੁੰਚ ਰਹੀ ਹੈ ਤਾਂ ਆਪਣੀ ਰਾਏ ਰੱਖੋ। ਲੱਗਦਾ ਸ਼ਮਸ਼ੇਰ ਜੀ ਨਾਲ ਸੰਪਰਕ ਨਹੀਂ ਹੋ ਪਾ ਰਿਹਾ, ਪਰ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ। ਸਾਡਾ ਨੰਬਰ ਲਗਾਤਾਰ ਟੀਵੀ ਸਕਰੀਨ ਤੇ ਫਲੈਸ਼ ਹੋ ਰਿਹਾ। ਜੇ ਤੁਹਾਡੀ ਕਾਲ ਨਹੀਂ ਲੱਗ ਰਹੀ ਤਾਂ ਮੈਸੇਜ ਦੇ ਜ਼ਰੀਏ ਵੀ ਰਾਏ ਸਾਂਝੀ ਕਰ ਸਕਦੇ ਹੋ। ਸ਼ਮਸ਼ੇਰ ਜੀ ਸਾਡੇ ਨਾਲ ਇੱਕ ਵਾਰ ਫਿਰ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਸ਼ਮਸ਼ੇਰ ਜੀ ਤੁਸੀਂ ਆਪਣੀ ਰਾਏ ਰੱਖ ਸਕਦੇ ਹੋ। ਹਾਂਜੀ, ਸਤਿ ਸ਼੍ਰੀ ਅਕਾਲ ਇੰਦਰਜੀਤ ਜੀ। ਸਤਿ ਸ਼੍ਰੀ ਅਕਾਲ ਸ਼ਮਸ਼ੇਰ ਜੀ, ਕੀ ਕਹਿਣਾ ਚਾਹੋਗੇ? ਮੈਂ ਜੋ ਬਰਾੜ ਸਾਹਿਬ ਨੇ ਕਿਹਾ ਮੈਂ ਇਹਨਾਂ ਦੀ ਗੱਲ ਨਾਲ ਸਹਿਮਤ ਹਾਂ ਕਿ ਜੋ ਜਾਵੇਦ ਜੀ ਪਾਕਿਸਤਾਨ ਦੀ ਜੇਲ੍ਹ 'ਚ ਨੇ ਉਹਨਾਂ ਦਾ ਕੋਈ ਪਤਾ ਨਹੀਂ। ਮੈਂ ਬਰਾੜ ਜੀ ਨਾਲ ਸਹਿਮਤ ਹਾਂ ਕਿ ਉਹਨਾਂ ਨੂੰ ਹਿਫਾਜ਼ਤ ਲਈ ਅੱਡ ਰੱਖਣਾ ਚਾਹੀਦਾ। ਇਹ ਪਾਕਿਸਤਾਨ ਇਹੋ ਜਿਹਾ ਕੁਛ ਵੀ ਕਰ ਸਕਦਾ। ਠੀਕ ਹੈ, ਬਹੁਤ ਬਹੁਤ ਧੰਨਵਾਦ ਕਾਲ ਕਰਨ ਦੇ ਲਈ। ਬ੍ਰਿਗੇਡੀਅਰ ਸਾਹਿਬ ਤੋਂ ਇਸ 'ਤੇ ਰਾਏ ਜ਼ਰੂਰ ਲਊਂਗੀ, ਪਰ ਉਸ ਤੋਂ ਪਹਿਲਾਂ ਸਾਡੇ ਕੁਛ ਹੋਰ ਖਾਸ ਮਹਿਮਾਨ ਵੀ ਨੇ, ਉਹਨਾਂ ਤੋਂ ਵੀ ਰਾਏ ਜਾਣ ਲੈਂਦੇ ਹਾਂ। ਬਰਾੜ ਸਾਹਿਬ, ਬ੍ਰਿਗੇਡੀਅਰ ਸਾਹਿਬ ਲਗਾਤਾਰ ਕਹਿ ਰਹੇ ਨੇ ਕਿ ਪਾਕਿਸਤਾਨ ਜੋ ਹੈ ਭਰੋਸੇ ਲਾਇਕ ਨਹੀਂ ਹੈ, ਤੁਸੀਂ ਵੀ ਕਹਿ ਰਹੇ ਹੋ ਪਾਕਿਸਤਾਨ ਭਰੋਸੇ ਦੇ ਲਾਇਕ ਨਹੀਂ ਹੈ, ਤਾਂ ਫਿਰ ਅਗਲਾ ਕਦਮ ਕੀ ਕੀਤਾ ਜਾਣਾ ਚਾਹੀਦਾ? ਦੇਖੋ, ਇਸ ਕੇਸ ਦੇ ਸੰਬੰਧ ਦੇ ਵਿੱਚ ਤਾਂ ਹਿੰਦੁਸਤਾਨ ਦੀ ਸਰਕਾਰ ਅਤੇ ਸਾਰੇ ਹਿੰਦੁਸਤਾਨ ਦੇ ਜਿੰਨੇ ਸਹਿਯੋਗੀ ਮੁਲਕ ਨੇ ਸਾਰੇ ਹੀ ਜਿਹੜੇ ਮੇਰਾ ਖਿਆਲ ਹੈ ਇਹਦੇ 'ਤੇ ਤਰੱਦਦ ਕਰ ਰਹੇ ਹੈ। ਪਰ ਮੈਂ ਸਮਝਦਾ ਕਿ ਜਦੋਂ ਕੋਈ ਇਹੋ ਜਿਹਾ ਕੇਸ UNO ਦੇ ਵਿੱਚ ਜਾਂਦਾ, UNO ਦੇ ਵਿੱਚ ਸਾਨੂੰ ਹੋਰ ਵੀ ਇੱਕ ਅਪਰੋਚ ਕਰਨੀ ਚਾਹੀਦੀ ਹੈ, ਕਿਉਂਕਿ ਇਕੱਲਾ ਇਹੀ ਨਹੀਂ ਗੇ, ਸਾਡੇ ਬਹੁਤ ਸਾਰੇ ਹਿੰਦੁਸਤਾਨੀ ਜਿਹੜੇ ਹੈਗੇ ਆ ਉੱਥੋਂ ਦੀਆਂ ਜੇਲ੍ਹਾਂ ਦੇ ਵਿੱਚ ਬੜੀ ਦੇਰ ਦੇ ਕਈ ਵਿਚਾਰੇ ਸੜ ਰਹੇ ਨੇ, ਕਈਆਂ 'ਤੇ ਕਿਸੇ ਕਿਸਮ ਦਾ, ਕਈਆਂ ਦੇ ਆਪਾਂ ਬੜੀਆਂ ਖਬਰਾਂ ਤੁਹਾਡੇ ਮੀਡੀਆ ਰਾਹੀਂ ਸੁਣੀਆਂ ਕਿ ਜੇ ਕੋਈ ਕੈਦੀ ਛੁੱਟ ਕੇ ਆਉਂਦਾ ਤਾਂ ਉੱਥੋਂ ਦੀ ਕੀ ਹਾਲਾਤ ਜਿਹੜੇ ਆ ਦਿਖਾਉਂਦਾ। ਇਹ UNO ਦੇ ਰਾਹੀਂ ਅਪਰੋਚ ਕਰਕੇ ਭਾਵੇਂ ਸਾਡੇ ਕੋਈ ਮੁਲਕਾਂ ਦੀ ਇੱਕ ਸੰਧੀ ਬਣੇ ਕਿ ਉੱਥੇ ਜਾ ਕੇ ਵਕੀਲ ਸਾਡੇ ਪੈਰਵਾਈ ਕਰ ਸਕਣ, ਜਾਂ ਕੀ ਉਹਨਾਂ ਦਾ ਹੱਲ ਨਿਕਲਣਾ ਚਾਹੀਦਾ। ਇਹਨਾਂ ਦਾ ਕੇਸ ਧੰਨਵਾਦ ਕਰਦੇ ਹਾਂ ਮੀਡੀਆ ਦਾ ਕਿ ਹਾਈਲਾਈਟ ਹੋ ਗਿਆ। ਮੇਰਾ ਖਿਆਲ ਹੈ ਸੈਂਕੜੇ ਜਾਂ ਹਜ਼ਾਰਾਂ ਐਸੇ ਸਾਡੇ 71 ਦੀ ਜੰਗ ਵੇਲੇ ਤੋਂ ਲਾ ਕੇ ਬਾਕੀ ਦੀਆਂ ਜੰਗਾਂ 'ਤੇ ਬਾਰਡਰ 'ਤੇ ਰਾਖੀ ਕਰਦੇ, ਕਈ ਸਾਡੇ ਫੌਜੀਆਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ, ਅਤੇ ਜਿਨ੍ਹਾਂ ਨੂੰ ਚੁੱਕ ਕੇ ਲੈ ਜਾਂਦੇ ਆ ਜਾਂ ਗਲਤੀ ਨਾਲ ਵੀ ਗਏ ਆ, ਉਹ ਵੀ ਬਹੁਤ ਸਾਰੇ ਜੇਲ੍ਹਾਂ ਦੇ ਵਿੱਚ ਹੈਗੇ ਆ, ਜਿਨ੍ਹਾਂ ਦਾ ਭਾਵੇਂ ਰਿਕਾਰਡ ਹੋਵੇ ਅਤੇ ਭਾਵੇਂ ਨਾ ਹੋਵੇ, ਪਰ ਜਦੋਂ ਕੋਈ ਕੈਦੀ ਛੁੱਟ ਕੇ ਆਉਂਦਾ ਇਹ ਸਾਰਾ ਕੁਝ ਦੱਸਦੇ ਆ। ਮੇਰਾ ਖਿਆਲ ਹੈ ਕਿ ਇਹਨਾਂ ਨੂੰ ਤੁਰੰਤ ਜਿਹੜਾ ਹੈਗਾ ਕਿਸੇ ਹੋਰ ਮੁਲਕ ਦੇ ਵਿੱਚ ਸ਼ਿਫਟ ਕਰਨਾ ਚਾਹੀਦਾ, ਜਦੋਂ ਤੱਕ ਇਹ ਟੋਟਲ ਫੈਸਲਾ ਜਿਹੜਾ ਹੋ ਨਹੀਂ ਜਾਂਦਾ। ਔਰ ਉਮੀਦ ਕਰਦੇ ਹਾਂ, ਕਿਉਂਕਿ ਜਦੋਂ ਬਿਲਕੁਲ ਝੂਠਾ ਕੇਸ ਬਣਾਇਆ ਤਾਂ ਸਾਡੀ ਫੇਵਰ 'ਚ ਜਾਏਗਾ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਔਰ ਦੂਜਾ ਜਿਹੜਾ ਆਹ ਬਾਕੀ ਦੇ ਜਿਹੜੇ ਕੈਦੀ ਉੱਥੇ ਸਾਡੇ ਰੁਲ ਰਹੇ ਆ, ਸੜ ਰਹੇ ਆ ਕੋਈ ਨਾ ਕੋਈ, ਕਿਉਂਕਿ ਇਹਦੇ ਬਾਰੇ ਵੀ ਨਾਲ ਦੀ ਨਾਲ ਹੀ ਹੁਣ ਕਰ ਲੈਣਾ ਚਾਹੀਦਾ, ਕਿਉਂਕਿ ਸਾਰੇ ਦੇਸ਼ਾਂ ਦਾ ਰਵੱਈਆ ਇਸ ਕੇਸ ਤੋਂ ਬਾਅਦ ਲੱਗੂਗਾ ਕਿ ਵਾਕਈ ਪਾਕਿਸਤਾਨ ਜਿਹੜਾ ਹੈਗਾ ਇਹ ਗਲਤ ਕੰਮ ਕਰਦਾ। ਔਰ ਅੱਜ ਜੇ ਅਸੀਂ ਇਸ ਮੁੱਦੇ ਨੂੰ ਉਠਾਵਾਂਗੇ, ਮੀਡੀਆ ਨੂੰ ਮੈਂ ਬੇਨਤੀ ਕਰੂੰਗਾ ਕਿ ਜੇ ਮੀਡੀਆ ਇਸ ਗੱਲ ਨੂੰ ਉਠਾਏਗਾ ਤਾਂ ਜ਼ਰੂਰ ਸਾਡੇ ਜਿਹੜੇ ਉੱਥੇ ਸਾਥੀ ਹੋਰ ਵੀ ਬੈਠੇ ਉਹਨਾਂ ਨੂੰ ਵੀ ਰਿਲੀਫ ਮਿਲੂਗਾ। ਜਸਤੇਜ ਅਰੋੜਾ ਜੀ, ਪਾਕਿਸਤਾਨ ਦੇ ਲਈ ਤਾਂ ਇੱਕ ਵੱਡਾ ਝਟਕਾ ਅੱਜ ਦਾ ਫੈਸਲਾ, ਪਰ ਇਸ ਦੇ ਨਾਲ ਹੀ ਭਾਰਤ ਦੀ ਛਵੀ ਜ਼ਰੂਰ ਜੋ ਹੈ ਉੱਚੀ ਹੋ ਗਈ ਹੋਈ ਕਿ ਇੰਟਰਨੈਸ਼ਨਲ ਕੋਰਟ ਦੇ ਵਿੱਚ ਜਿਸ ਤਰ੍ਹਾਂ ਦਲੀਲਾਂ ਦਿੱਤੀਆਂ ਗਈਆਂ ਉਸ ਤੋਂ ਬਾਅਦ ਭਾਰਤ ਜ਼ਰੂਰ ਇੰਟਰਨੈਸ਼ਨਲ ਖਿਡਾਰੀ ਬਣ ਗਿਆ। ਇਹਦੇ 'ਚ ਤਾਂ ਕੋਈ ਡਾਊਟ ਨਹੀਂ, ਅੱਜ ਦੀ ਜਿੱਤ ਨਾ, ਦੇਖੋ ਵੀ ਹੈਵ ਟੂ ਅੰਡਰਸਟੈਂਡ ਕਿ ਇਹ ਮੁੱਦਾ ਇੱਦਾਂ ਦਾ ਹੈ ਕਿ ਵੀ ਪੂਰੇ ਦੇਸ਼ ਦੀ ਪਾਪੂਲੇਸ਼ਨ ਜਿਹੜੀ ਹੈ, ਭਾਵੇਂ ਪਾਰਟੀਜ਼ ਨੇ ਵੱਖਰੀ ਵੱਖਰੀਆਂ, ਬਟ ਸਾਰੇ ਨਾ ਐਡ ਇਡਮ ਨੇ, ਸਾਰੇ ਇਸ ਮਾਮਲੇ ਦੇ ਵਿੱਚ ਸਾਰਿਆਂ ਦੇ ਇਮੋਸ਼ਨਸ ਜੁੜੇ ਹੋਏ ਆ ਕੁਲਭੂਸ਼ਣ ਜਾਧਵ ਜੀ ਨਾਲ। ਜਿਵੇਂ ਪੂਰਾ ਦੇਸ਼ ਇੱਕ ਹੋ ਗਿਆ ਸੀਗਾ ਸਰਬਜੀਤ ਜੀ ਦੇ ਟਾਈਮ 'ਤੇ, ਅੱਜ ਪੂਰਾ ਦੇਸ਼ ਕੁਲਭੂਸ਼ਣ ਜਾਧਵ ਜੀ ਦੇ ਮਾਮਲੇ ਦੇ ਵਿੱਚ ਇੱਕਜੁੱਟ ਹੋ ਗਿਆ, ਐਂਡ ਸਾਰੇ ਇਸ ਵੇਲੇ ਇੰਡੀਅਨ ਗਵਰਨਮੈਂਟ ਵੱਲ ਦੇਖ ਰਹੇ ਆ ਕਿ ਵੀ ਹਾਂ ਸਾਨੂੰ ਆਪਣਾ ਬਸ਼ਿੰਦਾ ਬਚਾਉਣਾ। ਹੁਣ ਇਹਦੇ ਵਾਸਤੇ ਜਿਹੜੇ ਸਟੈਪਸ ਨੇ ਨਾ ਅੱਗੇ ਇੰਡੀਅਨ ਗਵਰਨਮੈਂਟ ਨੂੰ ਬੜੇ ਸੋਚ ਸਮਝ ਕੇ ਲੈਣੇ ਪੈਣਗੇ। ਜਿਵੇਂ ਫੋਰ ਐਗਜ਼ਾਮਪਲ, ਸਭ ਤੋਂ ਪਹਿਲੀ ਗੱਲ ਤਾਂ ਇਹੀ ਹੈ ਕਿ ਵੀ ਉਹਨਾਂ ਦੀ ਲੋਕੇਸ਼ਨ ਨੂੰ ਲੋਕੇਟ ਕਰਕੇ ਜਾਂ ਕੋਈ ਐਪਲੀਕੇਸ਼ਨ ਮੂਵ ਕਰਕੇ ਉਹਨਾਂ ਦੀ ਇਮੀਡੀਏਟਲੀ ਸਿਕਿਉਰਿਟੀ ਦਾ ਪ੍ਰਬੰਧ ਕੀਤਾ ਜਾਵੇ। ਦੂਜਾ ਜਿਹੜੀ ਇਨਫੋਰਸਮੈਂਟ ਹੈ ਆਰਡਰਸ ਦੀ, ਉਹ ਹੁੰਦੀ ਹੈ ਆਰਟੀਕਲ 94 'ਚ, UN ਚਾਰਟਰ ਦਾ ਆਰਟੀਕਲ 94 ਹੈ, ਜਿਹਦਾ ਸਿਗਨੇਟਰੀ ਪਾਕਿਸਤਾਨ ਵੀ ਅਤੇ ਇੰਡੀਆ ਵੀ ਹੈ। ਸੋ ਕੀ ਹੁੰਦਾ ਉਹਦੇ 'ਚ, ਜੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਨੇ ਆਪਣੀ ਕੋਈ ਜਜਮੈਂਟ ਜਾਂ ਆਰਡਰ ਦੇ ਤਾ ਅਤੇ ਜੇ ਉਹ ਪਾਕਿਸਤਾਨ ਨਹੀਂ ਮੰਨਦਾ ਉਸ ਚੀਜ਼ ਨੂੰ, ਤਾਂ ਸਿਕਿਉਰਿਟੀ ਕਾਊਂਸਲ ਉਸ 'ਤੇ ਪ੍ਰੈਸ਼ਰ ਪਾ ਸਕਦੀ ਹੈ। ਹੁਣ ਇਹਦੇ 'ਚ ਇੱਕ ਨਾ ਐਜ਼ ਪਰ ਮਾਈ ਓਪੀਨੀਅਨ ਇੱਕ ਬਹੁਤ ਵੱਡਾ ਲਕਿਊਨਾ ਵੀ ਹੈ। ਉਹ ਲਕਿਊਨਾ ਇਹ ਹੈ ਕਿ ਕੋਈ ਵੀ ਸਿਕਿਉਰਿਟੀ ਕਾਊਂਸਲ ਦੇ ਜਿਹੜੇ ਮੈਂਬਰ ਨੇ, ਉਹ 5 ਨੇ, ਇੰਡੀਆ, ਸੋਰੀ ਨੋਟ ਇੰਡੀਆ,
ਚਾਈਨਾ ਹੈ, ਯੂ ਐਸ ਹੈ ਤੇ ਰਸ਼ੀਆ ਹੈ, ਏਦਾਂ ਦੋ ਹੋਰ ਨੇ। ਸੋ ਉਹਨਾਂ ਕੋਲ ਵੀਟੋ ਕਰਨ ਦੀ ਪਾਵਰ ਹੈ। ਇੱਕ ਵਾਰੀ ਯੂ ਐਸ ਨੇ ਵੀ ਇੱਕ ਡਿਸੀਜਨ ਸੀਗਾ ਯੂ ਐਨ ਦਾ, ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦਾ, ਉਹਨੂੰ ਮੰਨਣ ਤੋਂ ਇਨਕਾਰ ਕਰਤਾ ਸੀਗਾ ਤੇ ਕੋਈ ਵੀ ਯੂਨਾਈਟਿਡ ਨੇਸ਼ਨ ਕੁਛ ਕਰ ਨਹੀਂ ਸਕਿਆ ਕਿਉਂਕਿ ਪਾਵਰ ਦੇ ਵਿਦਿਨ ਸੀਗਾ ਮਨਾ ਕਰਨਾ। ਉਹ ਸਿਰਫ ਆਪਣਾ ਹੀ ਨਹੀਂ ਮਨਾ ਕਰ ਸਕਦੇ, ਉਹ ਆਪਣੇ ਐਲੀ ਦਾ ਵੀ ਮਨਾ ਕਰ ਸਕਦੇ ਆ। ਹੁਣ ਇਸ ਮੁੱਦੇ 'ਚ ਵੈਰੀ ਇੰਪੋਰਟੈਂਟ ਥਿੰਗ ਇਜ਼ ਕਿ ਪਾਕਿਸਤਾਨ ਐਲੀ ਹੈ ਚਾਈਨਾ ਦਾ। ਹੁਣ ਇੰਡੀਆ ਨੂੰ ਇਹ ਕੰਸਰਨ ਹੋਣਾ ਚਾਹੀਦਾ ਕਿ ਇੰਟਰਨੈਸ਼ਨਲ ਪ੍ਰੈਸ਼ਰ ਸਿਰਫ ਪਾਕਿਸਤਾਨ 'ਤੇ ਨਹੀਂ ਪਾਉਣਾ, ਇੰਟਰਨੈਸ਼ਨਲ ਪ੍ਰੈਸ਼ਰ ਅਸਲ ਚਾਈਨਾ ਦਾ ਵੀ ਪਾਉਣਾ ਚਾਹੀਦਾ, ਕਿਉਂਕਿ ਐਜ਼ ਪਰ ਮਾਈ ਓਪੀਨੀਅਨ ਚਾਈਨਾ ਪੋਜੀਸ਼ਨ 'ਚ ਹੈ ਵੀਟੋ ਕਰਨ ਦੇ, ਕਿਉਂਕਿ ਪਾਕਿਸਤਾਨ ਉਹਦਾ ਕਲੋਜ਼ ਐਲੀ ਨੇਬਰ ਸਭ ਕੁਛ ਹੈ, ਐਂਡ ਸਾਰੀ ਦੁਨੀਆਂ ਨੂੰ ਪਤਾ ਕਿ ਪਾਕਿਸਤਾਨ ਅਤੇ ਚਾਈਨਾ 'ਚ ਕੁਛ ਨਾ ਕੁਛ ਪੱਕਦਾ ਹੀ ਰਹਿੰਦਾ ਹਮੇਸ਼ਾ ਇੰਡੀਆ ਦੇ ਖਿਲਾਫ ਜਾਂ ਅਦਰਵਾਈਜ਼ ਆਲਸੋ। ਸੋ ਇਸ ਵੇਲੇ ਇੰਟਰਨੈਸ਼ਨਲ ਪ੍ਰੈਸ਼ਰ ਸਿਰਫ ਪਾਕਿਸਤਾਨ 'ਤੇ ਨਹੀਂ, ਇੰਡੀਆ ਨੂੰ, ਇੰਡੀਅਨ ਸਾਡੀ ਸਰਕਾਰ ਨੂੰ ਅਸੀਂ ਨਾਲ ਹਾਂ। ਐਵਰੀ ਪਾਰਟੀ ਇਜ਼ ਲੈਟ ਮੀ ਟੈਲ ਇਟ ਟੂ ਦੀ ਨੇਸ਼ਨ ਥਰੂ ਦਿਸ ਵੀਡੀਓ, ਥਰੂ ਦਿਸ ਡਿਬੇਟ, ਕਿ ਸਾਰਾ ਦੇਸ਼ ਇੱਕ ਹੈ, ਭਾਵੇਂ ਜਿਹੜੀ ਮਰਜ਼ੀ ਪਾਰਟੀ ਹੈ, ਸਾਰੇ ਇੱਕ ਨੇ। ਸੋ ਅਸੀਂ ਇਹਨਾਂ ਦੇ ਨਾਲ ਹੈ। ਦੇ ਹੈਵ ਟੂ ਕ੍ਰੀਏਟ ਪ੍ਰੈਸ਼ਰ ਨੋਟ ਓਨਲੀ ਔਨ ਪਾਕਿਸਤਾਨ ਬਟ ਔਨ ਚਾਈਨਾ ਐਜ਼ ਵੈਲ, ਕਿ ਉਹ ਵੀਟੋ ਨਾ ਕਰਦੇ। ਤੀਜੀ ਚੀਜ਼, ਕਾਉਂਸਲਰ ਐਕਸੈਸ ਇਮੀਡੀਏਟਲੀ ਦੇ ਦਿੱਤਾ ਗਿਆ ਹੋਣਾ ਹਜੇ ਤੱਕ, ਆਈ ਐਮ ਸ਼ੋਰ ਕਿ ਕਿਉਂਕਿ ਅੱਜ ਆਰਡਰ ਆ ਗਿਆ, ਬਟ ਉਹਨਾਂ ਨੂੰ ਰਾਈਟ ਆਫ ਕਾਉਂਸਲ ਉੱਥੇ ਕੋਈ ਨਾ ਕੋਈ ਅਪੀਲੇਬਲ, ਕਿਉਂਕਿ ਕੁਛ ਐਕਟ ਦੇ ਅੰਡਰ ਹੀ ਪਾਕਿਸਤਾਨ ਦੇ ਅਪੀਲਸ ਵੀ ਮਤਲਬ ਕੀਤੀਆਂ ਜਾ ਸਕਦੀਆਂ। ਸੋ ਇਹ ਸਾਰੀਆਂ ਕੀ ਲੀਗਲ ਰੈਮੇਡੀਜ਼ ਹੋਰ ਨੇ, ਉਹ ਮੁਹੱਈਆ ਕਰਾਉਣਾ ਵੀ ਸਾਡੀ ਸਰਕਾਰ ਦਾ ਇਸ ਵੇਲੇ ਪ੍ਰਾਇਓਰਿਟੀ ਤੇ ਹੋਣਾ ਚਾਹੀਦਾ। ਸੋ ਦੀਜ਼ ਆਰ ਸਮ ਸਟੈਪਸ ਦੈਟ ਮਸਟ ਬੀ ਇਨਫੋਰਸਡ ਇਮੀਡੀਏਟਲੀ। ਠੀਕ ਹੈ ਭੁੱਲਰ ਸਾਹਿਬ, ਇੱਕ ਹੋਰ ਸਰਬਜੀਤ ਵਰਗਾ ਹਾਲ ਨਾ ਹੋਵੇ, ਇਸ ਦੇ ਲਈ ਸਰਕਾਰ ਨੂੰ ਕੀ ਕਰਨਾ ਚਾਹੀਦਾ? ਹੁਣ ਦੇਖੋ, ਅੱਜ ਉਹਨਾਂ ਦੀ ਫੈਮਿਲੀ ਵੱਲੋਂ ਆਲਰੇਡੀ ਐਪਲੀਕੇਸ਼ਨ ਲਈ ਮੂਵ ਕਰ ਦਿੱਤੀ ਗਈ ਹੈ ਉਹਨਾਂ ਨੂੰ ਐਡਵੋਕੇਟ ਪ੍ਰੋਵਾਈਡ ਕਰਨ ਵਾਸਤੇ, ਔਰ ਉਹ ਹੋ ਜਾਣਾ ਹੁਣ, ਕਿਉਂਕਿ ਜਿਹੜੇ ਉੱਪਰੋਂ ਆਰਡਰ ਆਏ ਨੇ ਉਹਦੇ ਅਕੋਰਡਿੰਗਲੀ ਉਹਨਾਂ ਨੂੰ, ਪਾਕਿਸਤਾਨ ਨੂੰ ਉਹਨਾਂ ਨੂੰ ਐਡਵੋਕੇਟ ਦੇਣਾ ਪੈਣਾ, ਔਰ ਇਸ ਕੇਸ ਨੂੰ ਅੱਗੇ ਪਰਸੂ ਕੀਤਾ ਜਾਊਗਾ। ਦੂਸਰੀ ਗੱਲ ਤੁਹਾਨੂੰ ਹੋਰ ਦੱਸ ਦੇਣਾ ਚਾਹੁੰਦਾ ਹੈ ਕਿ ਪਾਕਿਸਤਾਨ ਨੇ ਇੱਕ ਪਾਸੇ ਇਸ ਚੀਜ਼ ਨੂੰ ਡਿਨਾਈ ਕਰ ਦਿੱਤਾ, ਔਰ ਅਗਰ ਅਸੀਂ ਹੁਣ ਜਿਸ ਤਰ੍ਹਾਂ ਉਹਨੇ ਗੱਲ ਕੀਤੀ ਗਈ ਅਰੋੜਾ ਸਾਹਿਬ ਵੱਲੋਂ ਵੀ ਯੂਐਨ 'ਚ ਜਾਂਦੇ ਹਾਂ ਔਰ ਉਹਦੇ 'ਚ ਵੀਟੋ ਪਾਵਰ ਅਗਰ ਯੂਜ਼ ਹੁੰਦੀ ਹੈ, ਚਾਈਨਾ ਸਾਡੇ ਨਾਲ ਨਹੀਂ ਖੜਾ ਹੁੰਦਾ, ਸਾਨੂੰ ਦੂਸਰੇ ਪਾਸੇ ਆਪਣੀ ਕੂਟਨੀਤੀ ਦੇ ਨਾਲ ਆਪਣੀ ਜਿਹੜੀ ਪੋਲੀਟੀਕਲ ਸਿਸਟਮ ਹੈ ਉਹਦੇ 'ਚ ਚਾਈਨਾ ਨੂੰ ਵੀ ਅਪਰੋਚ ਕਰਨਾ ਪਏਗਾ ਵੀ ਉਹ ਕਿਸੇ ਵੀ ਤਰੀਕੇ ਨਾਲ ਇਹਦੇ ਵਿੱਚ ਉਹਨਾਂ ਦਾ ਸਾਥ ਨਾ ਦੇ, ਜਾਂ ਇਸ ਚੀਜ਼ ਨੂੰ ਜਿਹੜਾ ਹੈਗਾ ਉਹ ਕਿਸੇ ਜਿਹੜੀ ਕੋਰਟ ਹੈਗੀ ਉਹਦੇ ਆਰਡਰ ਮੰਨਣ ਦੀ ਕੋਸ਼ਿਸ਼ ਕਰੇ। ਠੀਕ ਹੈ, ਹੁਣ ਅਸਲੀ ਜਿਹੜੀ ਕੂਟਨੀਤੀ ਹੈ ਹੁਣ ਸਟਾਰਟ ਹੋਣੀ ਹੈ, ਸਰਕਾਰ ਦਾ ਜਿਹੜਾ ਮੇਨ ਰੋਲ ਜਿਹੜਾ ਹੋਣਾ ਹੈ ਉਹ ਹੁਣ ਸਟਾਰਟ ਹੋਣਾ ਹੈ। ਇੱਕ ਰੋਲ ਖਤਮ ਹੋ ਗਿਆ, ਨੈਕਸਟ ਰੋਲ ਹੁਣ ਸਟਾਰਟ ਹੋਣਾ ਹੈ, ਔਰ ਉਹਦੇ 'ਚ ਮੈਂ ਪਹਿਲਾਂ ਵੀ ਕਿਹਾ ਸੀ ਇਕੱਲਾ ਸਰਕਾਰ ਦਾ ਰੋਲ ਹੀ ਨਹੀਂ, ਉਹਦੇ 'ਚ ਮੀਡੀਆ ਵੀ, ਜਿਹੜੀਆਂ ਅਦਰ ਪਾਰਟੀਜ਼ ਨੇ, ਜਿਹੜੀਆਂ ਐਨ ਜੀ ਓਜ਼ ਨੇ, ਜਿਹੜੀਆਂ ਹਿਊਮਨ ਰਾਈਟ ਦੇ ਨਾਲ ਲੜਨ ਵਾਲੀਆਂ ਲੋਕ ਨੇ, ਉਹਨਾਂ ਸਾਰਿਆਂ ਨੂੰ ਇਹਦੇ ਅਗੇਂਸਟ ਜਿਹੜਾ ਖੜੇ ਹੋਣਾ ਪੈਣਾ ਹੈ। ਇਕੱਲੀ ਸਰਕਾਰ ਦੇ ਨਾਲ ਨਹੀਂ ਇਹ ਗੱਲ ਨਿਬੜਨੀ ਹੈਗੀ, ਹਿੰਦੁਸਤਾਨ ਨੂੰ ਇੱਕਜੁੱਟ ਹੋ ਕੇ ਜਿਸ ਤਰ੍ਹਾਂ ਸਰਬਜੀਤ ਵਾਸਤੇ ਆਵਾਜ਼ ਚੱਕੀ ਸੀ ਉਸ ਤਰ੍ਹਾਂ ਆਵਾਜ਼ ਚੱਕਣੀ ਪੈਣੀ ਹੈ, ਔਰ ਇਸ ਆਵਾਜ਼ ਨੂੰ ਇੰਟਰਨੈਸ਼ਨਲ ਲੈਵਲ ਦੇ ਉੱਤੇ ਪਹੁੰਚਾਉਣਾ ਪੈਣਾ, ਤਾਂ ਜਾ ਕੇ ਪਾਕਿਸਤਾਨ ਉੱਤੇ ਪ੍ਰੈਸ਼ਰ ਬਣਨਾ, ਕਿਉਂਕਿ ਪਾਕਿਸਤਾਨ ਦੇ ਵਿੱਚ ਜਿਹੜੀ ਇਲੈਕਟਡ ਗਵਰਨਮੈਂਟ ਹੈਗੀ ਹੈ ਉਹਦਾ ਆਪਣਾ ਕੋਈ ਰੋਲ ਨਹੀਂ ਹੈਗਾ ਉੱਥੇ ਲੰਬਾ ਚੌੜਾ, ਮੇਨ ਰੋਲ ਉੱਥੇ ਜਿਹੜੀ ਆਰਮੀ ਹੈ ਉਹਦਾ ਰੋਲ ਹੈ, ਕਿਉਂਕਿ ਜਦੋਂ ਵੀ ਕੋਈ ਡਿਸੀਜਨ ਹੁੰਦਾ ਹੈ, ਜਦੋਂ ਵੀ ਕਿਤੇ ਚਾਹੇ ਵਾਜਪਾਈ ਜੀ ਨੇ ਕੋਸ਼ਿਸ਼ ਕੀਤੀ ਜਾਂ ਮੋਦੀ ਜੀ ਨੇ ਕੋਸ਼ਿਸ਼ ਕੀਤੀ, ਉਦੋਂ ਵੀ ਅਸੀਂ ਕਾਰਗਿਲ ਦੇਖ ਲਿਆ, ਉਸ ਤੋਂ ਬਾਅਦ ਪਠਾਨਕੋਟ ਵਾਲਾ ਮਾਮਲਾ ਦੇਖ ਲਿਆ, ਕੋਰਟ ਦੇ ਵਿੱਚ ਚੱਲ ਰਿਹਾ, ਵੀ ਜਿਹੜੀ ਉੱਥੋਂ ਦੀ ਫੌਜ ਹੈ ਉਹ ਨਹੀਂ ਚਾਹੁੰਦੀ ਵੀ ਪਾਕਿਸਤਾਨ ਔਰ ਹਿੰਦੁਸਤਾਨ ਦੀ ਆਪਸ ਵਿੱਚ ਕੋਈ। ਇਹੀ ਸਵਾਲ ਲੈ ਕੇ ਮੈਂ ਤੁਹਾਡੇ ਕੋਲ ਆ ਰਹੀ ਹਾਂ ਧਾਲੀਵਾਲ ਸਾਹਿਬ, ਪੈਰਵੀ ਦੇ ਲਈ ਭਾਰਤ ਦਾ ਅਗਲਾ ਕਦਮ ਕੀ ਹੋਣਾ ਚਾਹੀਦਾ? ਤੁਹਾਨੂੰ ਕੀ ਲੱਗਦਾ ਕਿ ਹੁਣ ਅਗਲਾ ਕਦਮ ਭਾਰਤ ਸਰਕਾਰ ਕੀ ਚੁੱਕੇ? ਦੇਖੋ, ਸਭ ਤੋਂ ਪਹਿਲਾਂ ਤਾਂ ਜਿਵੇਂ ਇਹ ਹੈਗਾ ਕਿ ਡਿਪਲੋਮੈਟਿਕ ਲੈਵਲ ਦੇ ਉੱਤੇ ਪ੍ਰੈਸ਼ਰ ਜਿਹੜਾ ਪਾਉਣਾ ਚਾਹੀਦਾ ਚੀਨ ਦੇ ਉੱਤੇ ਵੀ ਅਤੇ ਪਾਕਿਸਤਾਨ ਦੇ ਉੱਤੇ ਵੀ, ਅਤੇ ਡਿਪਲੋਮੈਟਿਕ ਪ੍ਰੈਸ਼ਰ ਪਵੇ, ਪੋਲੀਟੀਕਲ ਜਿਹੜਾ ਹੈਗਾ ਉਹ ਵੀ ਪ੍ਰੈਸ਼ਰ ਹੋਣਾ ਚਾਹੀਦਾ। ਦੂਸਰੇ ਪਾਸੇ ਸਾਨੂੰ ਜਿਹੜਾ ਹੈ, ਕਿਉਂਕਿ ਪਾਕਿਸਤਾਨ ਦੀਆਂ ਜਿਹੜੀਆਂ ਬਦਲਾ ਲਊ ਭਾਵਨਾ ਹੈਗੀਆਂ ਉਹਦੇ 'ਚ ਕੁਛ ਵੀ ਉਹ ਕਰ ਸਕਦਾ ਹੈ, ਸਾਡੀ ਜੋ ਸੈਨਾ ਹੈ ਉਸ ਨੂੰ ਵੀ ਜਿਹੜੀ ਹੈ ਤਿਆਰ ਬਰ ਤਿਆਰ ਰਹਿਣਾ ਚਾਹੀਦਾ। ਮੈਂ ਤਾਂ ਇਹ ਵੀ ਕਹਾਂਗਾ ਕਿ ਪਾਕਿਸਤਾਨ ਦੇ ਨਾਲ ਜਿੰਨੀ ਬਾਰਡਰ ਸਾਡੀ ਲੱਗਦੀ ਹੈ ਇਹਦੇ ਵਿੱਚ ਜਿੰਨੇ ਵੀ ਸਾਡੇ ਨੌਜਵਾਨ ਹੈ ਇੱਥੇ, ਉਹਨਾਂ ਨੂੰ ਸਾਰਿਆਂ ਨੂੰ ਮਿਲਟਰੀ ਟ੍ਰੇਨਿੰਗ ਜਿਹੜੀ ਹੈਗੀ ਉਹ ਦੇਣੀ ਚਾਹੀਦੀ ਹੈਗੀ ਹੈ, ਤਾਂ ਕਿ ਕੋਈ ਵੀ ਐਸਾ ਜਿਵੇਂ ਉਹ ਅੰਦਰ ਘੁਸਪੈਠ ਕਰਦੇ ਹੈਗੇ ਜਾਂ ਹੋਰ ਕੋਈ ਇਹੋ ਜਿਹੀ ਕਾਰਵਾਈ ਕਰਦੇ ਹੈਗੇ, ਤਾਂ ਉਸ ਦੇ ਲਈ ਸਾਡੇ ਜਿਹੜੇ ਨੌਜਵਾਨ ਹੈ ਉਹ ਬਿਲਕੁਲ ਤਿਆਰ ਰਹਿਣ, ਅਤੇ ਇਸ ਕਰਕੇ ਉਹਨਾਂ ਨੂੰ ਜਿਹੜਾ ਹੈਗਾ ਉਹ ਟ੍ਰੇਨਿੰਗ ਦੇ ਨਾਲ ਉਹ ਪੇਡ ਟ੍ਰੇਨਿੰਗ ਹੋਣੀ ਚਾਹੀਦੀ ਆ ਉਹਨਾਂ ਨੂੰ, ਤਾਂ ਕਿ
वो लोग जिहड़े बॉर्डर दे हैं वो फाइनैंशली भी बड़े वीक हैंगे हैं थोड़े जे, जिस करके ही वह जिहड़ा समगलिंग वगैरह दे विच भी इनवॉल्व हुंदे हैं, तां कि ये लोग उस पासों भी हट जाणगे ते मिलटरी की ट्रेनिंग इन्हां नूं होएगी ते कुछ इन्हां नूं शौक हुंदा है ये पंजाबियों नूं खास करके मैं देखिया जिवें हुण थोड़ियां गैंग वार चलदियां या दूसरियां ब्याहां दे उत्ते भी गोलियां चलाउण दा बड़ा शौक है, सो इन्हां नूं अपना जिहड़ा हैगा वह भी दिल पूरा कर लैण देना चाहीदा है कि भी भाई लो ट्रेनिंग दो इन्हां नूं ते जे तुसी जदों भी थानू है तो अपना शौक इत्थे पूरा करो ना कि तुसी अपने लोगों के उत्ते ये शौक नूं पूरा करो, तो इस करके इस पासे भी सानू तैयारी बिल्कुल रखनी चाहिए है। पर जिहड़ा जिहड़े साढ़े बाकी दे भी कुलभूषण दी तरह के होर भी बहुत सारे जिहड़े साढ़े कैदी हैं उन्हां दे बारे भी पूरी जानकारी हासिल करके ਉਹ ਵੀ ਮਸਲਾ ਜਿਹੜਾ ਹੈਗਾ ਕਿ ਇੱਕ ਮਾਮਲਾ ਨਹੀਂ ਹੈ, ਅਜਿਹੇ ਕਈ ਮਾਮਲੇ ਨੇ ਜੋ ਹਜੇ ਤੱਕ ਫਸੇ ਹੋਏ ਨੇ ਜਿਨ੍ਹਾਂ ਦੀ ਸ਼ਾਇਦ ਜਾਣਕਾਰੀ ਵੀ ਨਹੀਂ ਹੈ ਪਾਕਿਸਤਾਨ ਨੂੰ। ਹਾਂ ਠੀਕ ਹੈ, ਉਸ ਦਾ ਜਵਾਬ ਪਾਕਿਸਤਾਨ ਨੂੰ ਜਿਹੜਾ ਹੈਗਾ ਕਈ ਪਾਸੇ ਤੋਂ ਪਾਕਿਸਤਾਨ ਨੂੰ ਜਿਹੜਾ ਅਲਝਾਉਣਾ ਚਾਹੀਦਾ ਹੈਗਾ ਸਾਨੂੰ। ਇਹ ਬ੍ਰਿਗੇਡੀਅਰ ਸਾਹਿਬ ਫਾਂਸੀ ਤੇ ਤਾਂ ਰੋਕ ਲੱਗ ਚੁੱਕੀ ਹੈ, ਪਰ ਇਸ ਤੋਂ ਬਾਅਦ ਕੁਲਭੂਸ਼ਣ ਜਾਧਵ ਦੀ ਸੁਰੱਖਿਆ ਜੋ ਉਹ ਯਕੀਨੀ ਹੋ ਸਕੇ ਉਹ ਕਿਸ ਤਰ੍ਹਾਂ ਹੋਏਗੀ? ਦੇਖੀਏ, ਇਸ ਤੋਂ ਪਹਿਲਾਂ ਮੈਂ ਗੱਲ ਕਰਨਾ ਚਾਹੁੰਦਾ, ਇੱਕ ਮੁੱਦਾ ਆਇਆ ਸੀ ਕਿ ਜਿਹੜੇ ਸਾਡੇ ਪਹਿਲੇ ਕੈਦੀ ਨੇ ਜਾਂ ਭਾਵੇਂ ਕਿਸੇ ਤਰੀਕੇ ਨਾਲ ਬਾਰਡਰ ਪਾਰ ਕਰਕੇ ਕਿਸੇ ਵੀ ਕੰਮ ਵਾਸਤੇ ਗਏ, ਉਹਨਾਂ ਨੂੰ ਬਹੁਤ ਟਾਰਚਰ ਕੀਤਾ ਗਿਆ, ਇੱਥੇ ਆਏ ਵੀ ਇੱਕ ਚੈਨਲ ਦੇ ਉੱਤੇ ਵੀ ਪੇਸ਼ ਹੋਏ ਸਨ। ਇਹ ਤੋਂ ਇਲਾਵਾ ਸਾਡੇ 54 ਕੈਦੀ ਪੈਣ ਦੀ ਜੰਗ ਦੇ ਜੰਗੀ ਕੈਦੀ ਦੀ ਗੱਲ ਕਰਨ ਡਿਆ, ਜਨੇਵਾ ਕਨਵੈਨਸ਼ਨ ਦੇ ਅੰਦਰ ਉਹਨਾਂ ਨੂੰ ਬੜੀਆਂ ਸਹੂਲਤਾਂ ਜਨੇਵਾ ਕਨਵੈਨਸ਼ਨ ਦੇ ਉੱਤੇ, ਉਹਨਾਂ ਥੋੜ੍ਹੀ ਜਿਹੀ ਖਬਰ ਦੇਣੀ ਆਪਣੀ ਹੁੰਦੀ ਹੈ ਨੰਬਰ ਨਾਮ ਰਾਏ, ਉੱਥੇ ਉਹਨਾਂ ਨੂੰ ਜਿਸ ਤਰੀਕੇ ਨਾਲ ਇੱਕ ਵੀ ਨਹੀਂ ਮਿਲਿਆ ਉਹਨਾਂ 'ਚੋਂ, ਬੜੇ ਯਤਨ ਕੀਤੇ ਪ੍ਰਾਈਮ ਮਿਨਿਸਟਰ ਲੈਵਲ 'ਤੇ ਕਰ ਡਾਕਟਰ ਮਨਮੋਹਨ ਸਿੰਘ ਨੇ ਮੁਸ਼ਰਫ ਦੇ ਨਾਲ ਆਗਰਾ ਸਮਿਟ 'ਤੇ ਵੀ ਇਹ ਮੁੱਦਾ ਉਠਾਇਆ, ਉਸ ਲੈਵਲ 'ਤੇ ਇੱਕ ਟੀਮ ਵੀ ਗਈ ਇੱਥੋਂ, ਉਹਨਾਂ ਨੇ ਕਿਹਾ ਭੇਜੋ, ਜਦੋਂ ਤੀਕਰ ਉੱਥੇ ਭੇਜਿਆ ਟੀਮ ਗਈ ਉਹ ਖੁਰਦ ਪੁਰਦ ਕਰਦੇ ਆ, ਉਹਨਾਂ ਦੀਆਂ ਤਾਂ ਅਸਥੀਆਂ ਵੀ ਨਹੀਂ ਮਿਲੀਆਂ, ਪਤਾ ਨਹੀਂ ਕਿੱਥੇ ਕਦੋਂ ਸਾਰਿਆਂ ਦੇ ਡੇਟਾ, ਐਡੀ ਵੱਡੀ ਕਿਤਾਬ ਛਪੀ, ਬਰੋਸ਼ਰ ਛਪਿਆ, ਉਹ ਫੋਲਡਰ ਦਿੱਤਾ ਗਿਆ ਮਗਰ ਮਿਲੇ ਨਹੀਂ। ਸੋ ਇੱਥੇ ਹੁਣ ਪਾਕਿਸਤਾਨ ਦੀ ਸਥਿਤੀ ਇਹ ਵੇ ਕਿ ਉਹਨਾਂ ਦੀ ਮਿਲਟਰੀ ਕੋਰਟ, ਉਹਨਾਂ ਨੇ ਆਪਣੇ ਵੀ ਜਿਹੜੇ ਅੱਤਵਾਦੀ ਜਿੱਦਾਂ ਉੱਥੇ ਆਪਣਾ ਸਕੂਲ 'ਤੇ ਪਿਸ਼ਾਵਰ ਦਾ ਜਦੋਂ ਹਮਲਾ ਆਇਆ ਸੀ ਉਦੋਂ ਮਿਲਟਰੀ ਕੋਰਟ ਬਣ ਗਈ, ਉਹਨਾਂ ਨੇ ਜਿਹੜੀ ਮਿਲਟਰੀ ਕੋਰਟ ਨੇ ਮੌਤ ਦੀ ਸਜ਼ਾ ਦਿੱਤੀ, ਫਾਂਸੀ ਦੀ ਸਜ਼ਾ ਦਿੱਤੀ, ਉਹ ਬਰਕਰਾਰ ਰਹੀ ਹੈ। ਔਰ ਇੱਥੇ ਕੀ ਹੈ, ਇਸ ਵਿਸ਼ੇ 'ਤੇ ਅਸੀਂ ਵੇਖਣਾ ਹੋਏਗਾ ਕਿ ਹੁਣ ਪਾਕਿਸਤਾਨ ਕਿਸ ਤਰੀਕੇ ਨਾਲ ਇਸ ਜਿਹੜੇ ਆਰਡਰ ਹੋਏ ਨੇ ਉਹਨੂੰ ਇੰਪਲੀਮੈਂਟ ਕਿੱਦਾਂ ਕਰਦਾ, ਜਿੱਦਾਂ ਉਹਦੀ ਸੁਰੱਖਿਆ ਵਾਸਤੇ ਇੱਕ ਬਹੁਤ ਵੱਡਾ ਉਹਨਾਂ ਨੇ ਫੈਸਲਾ ਲਿਆ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਨੇ, ਉਹ ਕਿਸ ਤਰ੍ਹਾਂ ਇਨਸ਼ੋਰ ਕਰਦੇ ਨੇ। ਮੇਰੇ ਖਿਆਲ 'ਚ ਉੱਥੇ ਉਹਨਾਂ ਨੇ ਇਹੋ ਗੱਲ ਕਰਨੀ ਹੈ ਕਿ ਸਾਡੀ ਕੋਰਟ, ਸਾਡਾ ਦਸਤੂਰ, ਸਾਡੀ ਜਿਹੜੀ ਉਹਨਾਂ ਦੀ ਪ੍ਰਣਾਲੀ ਹੈਗੀ ਹੈ ਉਹਦੇ ਵਿੱਚ ਇਹ ਕਿ ਭਾਈ ਉਹ ਅਪੀਲ ਕਰ ਸਕਦਾ, 150 ਦਿਨ ਦਿੱਤੇ ਹੋਣ ਜਾਂ ਜਿੰਨੇ ਵੀ। ਪਰ ਮੈਂ ਇਹ ਦੱਸਣਾ ਚਾਹੁੰਦਾ, ਕਦੀ ਕਿਸੇ ਮੁਲਕ 'ਚ ਐਸਾ ਦੇਖਿਆ ਜੀ, ਫੌਜ 'ਚ ਨਹੀਂ ਦੇਖਿਆ, ਕਿਤੇ ਬਾਹਰਲੇ, ਇੱਕ ਜਨਰਲ ਨੇ, ਇੱਕ ਚੀਫ ਆਫ ਦੀ ਪਾਕਿਸਤਾਨ ਆਰਮੀ ਨੇ ਮੌਤ ਦੀ ਸਜ਼ਾ ਫਾਂਸੀ ਦਿੱਤੀ ਹੋਏ ਅਤੇ ਉਹਨੂੰ ਰਿਵਿਊ ਕਰਨ ਵਾਸਤੇ ਇੱਕ ਮੇਜਰ ਜਨਰਲ ਆਇਆ, ਦੇਖੋ ਕਿਆ ਇਹ ਕਿੰਨਾ ਧੱਕਾਸ਼ਾਹੀ ਹੈ, ਕਿੰਨਾ ਇਹ ਆਪਣੀ ਡਿਕਟੇਟਰਸ਼ਿਪ ਹੈ, ਉਹ ਜਾਣੀ ਤਾਂ ਅਖੀਰ 'ਤੇ ਪ੍ਰੈਜੀਡੈਂਟ ਕੋਲ ਹੈ, ਮਗਰ ਅਗਰ ਉਹ ਮੇਜਰ ਜਨਰਲ ਕੀ ਉਹ ਤਾਂ ਇਹਦਾ ਮਤਲਬ ਫੋਰਗਾਨ ਕਨਕਲੂਡ, ਪਹਿਲਾਂ ਹੀ ਫੈਸਲਾ ਹੋ ਚੁੱਕਿਆ। ਮਗਰ ਅਸੀਂ ਹੁਣ ਤੁਹਾਡਾ ਜਿਹੜਾ ਸਵਾਲ ਹੈ ਕਿ ਉਹਨੂੰ ਵਾਪਸ ਕਿੱਦਾਂ ਲੈਣਾ, ਉਸ ਨੂੰ ਇੰਪਲੀਮੈਂਟ ਕਿੱਦਾਂ ਕਰਨਾ, ਉਹ ਹੁਣ ਦੇਖਣਾ ਪਏਗਾ ਕਿ ਪਾਕਿਸਤਾਨ ਕੀ ਰਿਐਕਸ਼ਨ ਕਰਦਾ, ਕੀ ਸਟੈਪ ਲੈਂਦਾ, ਕੌਂਸਲਰ ਐਕਸੈਸ ਦਿੰਦਾ ਕਿ ਨਹੀਂ ਦਿੰਦਾ। ਪਰ ਸਰ ਸਭ ਨੂੰ ਇਹ ਚਿੰਤਾ ਹੈ ਕਿਉਂਕਿ ਜਿਸ ਤਰ੍ਹਾਂ ਸਰਬਜੀਤ ਦੇ ਨਾਲ ਹੋਇਆ ਕੋਈ ਵੀ ਭਾਰਤਵਾਸੀ ਨਹੀਂ ਚਾਹੇਗਾ ਕਿ ਉਸ ਤਰ੍ਹਾਂ ਦਾ ਹਾਲ ਜੋ ਕੁਲਭੂਸ਼ਣ ਦੇ ਨਾਲ ਹੋਵੇ, ਫਿਰ ਇਸ ਅਜਿਹੇ ਦੇ ਵਿੱਚ ਕੀ ਕੀਤਾ ਜਾ ਸਕਦਾ ਹੈ? ਤੇ ਇਹ ਇਹਦੇ ਵਿੱਚ ਇੱਕੋ ਹੀ ਹੈਗਾ ਕਿ ਭਾਈ ਪ੍ਰੈਸ਼ਰ ਪਏ ਉਹਦੇ 'ਤੇ ਇੰਟਰਨੈਸ਼ਨਲ ਕੋਰਟ ਦੇ ਉੱਤੇ, ਬਾਅਦ UNO ਹੈਗਾ ਉੱਥੇ, ਯੂ ਉਹਨਾਂ ਦੀ ਤਾਂ ਕੋਰਟ ਹੈਗੀ ਹੈ, ਉਹਨੂੰ ਲਾਗੂ ਕਰਵਾਉਣਾ ਇਹ ਸਿਰਫ ਅਤੇ ਸਿਰਫ ਜ਼ਿੰਮੇਵਾਰੀ ਜਿਹੜੀ ਹੈ ਉਹ ਕੋਰਟ ਤੋਂ ਇਲਾਵਾ UN ਦੀ ਹੈਗੀ ਹੈ, ਜਿੱਥੇ ਕਿ ਪਹਿਲਾਂ ਹੀ ਜਿਹੜੇ ਮੈਂਬਰ ਨੇ ਜਿਹੜੇ ਕਿ ਪਹਿਲਾਂ ਹੀ ਪਾਕਿਸਤਾਨ ਦੀ ਤਰਫ ਅਲਾਈਨ ਨੇ, ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਿਆ, ਇੱਥੇ ਵੀ ਗੱਲ ਹੋਈ ਹੈ, ਉਹਨਾਂ 'ਤੇ ਬੜਾ ਨਿਰਭਰ ਕਰਦਾ। ਪਰ ਗੱਲ ਇਹ ਵੇ ਕਿ ਇਹ ਸਾਨੂੰ ਆਪਣੇ ਯਤਨ ਜਾਰੀ ਰੱਖਣੇ ਚਾਹੀਦੇ ਨੇ, ਕੋਈ ਅਮਰੀਕਾ ਦੀ ਤਰ੍ਹਾਂ 'ਤੇ ਅਸੀਂ ਕਾਰਵਾਈ ਕਰਨ ਹੋ ਰਹੇ ਲਾਦੇਨ ਨੂੰ ਫੜ ਕੇ ਲਿਆਉਣ ਵਾਸਤੇ, ਉਹ ਤਾਂ ਨਹੀਂ ਗੱਲ ਬਣਨੀ, ਗੱਲ ਬਣਨੀ ਹੈ ਡਿਪਲੋਮੈਟਿਕਲੀ, ਗੱਲ ਬਣਨੀ ਹੈ ਕਿ ਆ ਜਿਹੜਾ ਅਦਾਲਤ ਦੇ ਜ਼ਰੀਏ, ਗੱਲ ਬਣਨੀ ਹੈ ਪ੍ਰੈਸ਼ਰ ਪਾ ਕੇ ਉਹਦੇ 'ਤੇ। ਹੁਣ ਜਿਹੜੇ ਨਜ਼ਦੀਕ ਆਉਣ ਰਹੇ ਨੇ ਜਿੱਦਾਂ ਰਸ਼ੀਆ ਹੈਗਾ, ਅਮਰੀਕਾ ਜਿਹੜਾ ਫੰਡ ਦੇ ਰਿਹਾ ਉਹ, ਪਰ ਇਹਨਾਂ ਨੇ ਕਿਉਂ ਨਹੀਂ ਮੰਨਣਾ, ਐਡੀ ਜਲਦੀ ਮੰਨਦੇ ਨਹੀਂ,
ਕਿਉਂਕਿ ਇਹਦੇ ਅੱਤਵਾਦੀ ਸੰਗਠਨ ਜਿਹਾਦੀ ਸੰਗਠਨ ਨੇ ਉਹ ਨਾਲ ਜੁੜੇ ਨੇ, ਉਹਨਾਂ ਨੂੰ ਇਗਨੋਰ ਨਹੀਂ ਕਰ ਸਕਦੇ। ਪਾਕਿਸਤਾਨ ਦੇ ਵਿੱਚ ਜਿਹੜੀ ਡਿਕਟੇਟਰਸ਼ਿਪ ਹੈ, ਜਿਹੜੀ ਮਿਲਟਰੀ ਸਰਕਾਰ ਤਾਂ ਉਹ ਚਲਾ ਰਹੀ ਹੈ, ਉੱਥੇ ਲੋਕਤੰਤਰ ਵਾਲੀ ਪ੍ਰਣਾਲੀ ਵਾਲੀ ਗੱਲ ਤਾਂ ਹੈ ਨਹੀਂ ਕੋਈ। ਅਤੇ ਉਹ ਇਸ ਵਾਸਤੇ ਸਾਨੂੰ ਬੜੇ ਸੋਚ ਸਮਝ ਕੇ ਬੜੇ ਢੰਗ ਦੇ ਨਾਲ ਵਿਚਾਰ ਕੇ ਕਾਰਵਾਈ ਅਗਲਾ ਕਦਮ ਚੁੱਕਣਾ ਪਏਗਾ। ਸਾਡੇ ਕੋਲ ਹਾਲੇ ਇਸ ਟਾਈਮ ਦੇ ਕੋਈ ਮਿਲਟਰੀ ਆਪਸ਼ਨ ਨਹੀਂ ਹੈਗੀ। ਉਹ ਛੋਟੀਆਂ ਮੋਟੀਆਂ ਗੱਲਾਂ ਦੀ ਗੱਲ ਨਹੀਂ ਮੈਂ ਕਰਦਾ, ਮੈਂ ਫੁੱਲ ਫਲੈਚ, ਕਿਉਂਕਿ ਉਸ ਵੇਲੇ ਸਿਰਫ ਇੱਕੋ ਤਰੀਕਾ ਕਿ ਇਹ ਪਰਸੂਏਸ਼ਨ ਨਾਲ ਮੰਨਣ ਨਹੀਂ ਲੱਗੇ। ਇਹ ਤਾਂ ਹੁਣ ਕੋਰਟ 'ਚ ਚਲੇ ਗਏ, ਅਦਾਲਤ ਇਹਨਾਂ ਨੇ ਫਿਰ ਜਾਣਾ, ਇਹ ਦੇਖਿਓ ਫਿਰ ਇਹ ਕਰਨਗੇ ਕੋਈ ਨਾ ਕੋਈ ਢੁੱਚੜ ਡਾਉਣਗੇ, ਉੱਥੇ ਜਾ ਕੇ ਫਿਰ ਇਹਨਾਂ ਨੂੰ ਹਾਰ ਹੋਣੀ ਹੈ। ਇਹ ਡਿਲੇ ਕਰਨੀ ਹੈ, ਉਹਦੇ ਵਿੱਚ ਕੀ ਕੁਛ ਕਰਦੇ ਨੇ ਉਹ ਸਾਨੂੰ ਪਤਾ ਨਹੀਂ ਜੀ। ਇਸ ਵਾਸਤੇ ਇਹ ਬੜੇ ਇਤਿਹਾਸ ਦੇ ਨਾਲ, ਸ਼ਕਤੀਸ਼ਾਲੀ ਢੰਗ ਦੇ ਨਾਲ, ਬੜੀ ਤਿਆਰੀ ਦੇ ਨਾਲ ਇਹ ਸਾਨੂੰ ਉਹਦੀ ਸੁਰੱਖਿਆ ਵਾਸਤੇ, ਉਹਨੂੰ ਸਹੀ ਸਲਾਮਤ ਵਾਪਸ ਲਿਆਉਣ ਵਾਸਤੇ ਹਰ ਪੱਧਰ 'ਤੇ ਕਾਰਵਾਈ ਕਰਨੀ ਪਏਗੀ। ਵਿਦੇਸ਼ ਮੰਤਰਾਲੇ ਨੂੰ, ਸਾਡੇ ਜਿਹੜੇ ਕਾਉਂਸਲਰ, ਸਾਨੂੰ ਇਸ ਦੇ ਵਿੱਚ ਐਫਰਟ ਜੋ ਹੈ ਕਰਨਾ ਪਏਗਾ ਤੇ ਕਾਫੀ ਜੋ ਹੈ ਸੋਚ ਵਿਚਾਰ ਕੇ ਅਗਲਾ ਕਦਮ ਪੁੱਟਣਾ ਪਏਗਾ। ਮੈਂ ਆ ਰਹੀ ਹਾਂ ਅਰੋੜਾ ਸਾਹਿਬ ਤੁਹਾਡੇ ਕੋਲ, ਪਰ ਉਸ ਤੋਂ ਪਹਿਲਾਂ ਰਿੰਪਲ ਮਿੱਡਾ ਜੀ, ਜਿਸ ਤਰ੍ਹਾਂ ਦੇ ਨਾਲ ਵਿਯਨਾ ਸੰਧੀ ਦਾ ਪਾਕਿਸਤਾਨ ਨੇ ਹਵਾਲਾ ਦਿੱਤਾ, ਪਰ ਉਹ ਦਲੀਲਾਂ ਵੀ ਕੰਮ ਨਹੀਂ ਆਈਆਂ ਪਾਕਿਸਤਾਨ ਦੇ। ਦੇਖੋ ਬਿਲਕੁਲ ਇਹ ਤਾਂ ਗੱਲ ਹੈ ਕਿ ਕਿਉਂਕਿ ਜਿਹੜਾ ਇਹ ਕੇਸ ਸੀ, ਬਿਗਨਿੰਗ ਆਫ ਪ੍ਰੋਸੈਸ ਸੀ ਜਿਹੜਾ ਇਹਦਾ ਡਾਊਟਫੁਲ ਸੀ ਕਿ ਉਹਨਾਂ ਦਾ ਇਰਾਨ ਤੋਂ ਪਕੜ ਕੇ ਉਹਨੂੰ ਬਲੋਚਿਸਤਾਨ ਦੇ ਵਿੱਚੋਂ ਉਹਨਾਂ ਨੂੰ ਵਿਖਾਉਣਾ, ਔਰ ਨਾਲ ਦੀ ਨਾਲ ਇਹ ਜਾਣਦੇ ਹੋਏ ਕਿ ਉਹ ਇੱਕ ਐਕਸਪੋਰਟਰ ਸਨ ਕੁਲਭੂਸ਼ਣ ਯਾਦਵ, ਤੇ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਜਿਹੜਾ ਆਪਣੇ ਜਸੂਸ, ਭਾਰਤ ਦਾ ਜਸੂਸ ਔਰ ਰਾਹ ਦਾ ਜਸੂਸ ਦਿਖਾਉਣਾ, ਇਹ ਜਿਹੜੀ ਬਿਗਨਿੰਗ ਆਫ ਪ੍ਰੋਸੈਸ ਸੀ ਡਾਊਟਫੁਲ ਸੀਗਾ। ਔਰ ਇਸਦਾ ਉੱਥੇ ਜਾ ਕੇ ਜਿਹੜਾ ਚਿਹਰਾ, ਜਿਹੜਾ ਸੱਚ ਹੈ ਉਹ ਬਾਹਰ ਆਉਣਾ ਆ ਹੀ ਜਾਣਾ ਸੀ। ਪਰ ਇਸ ਜਿਹੜੀ ਸਾਰੀ ਡਿਸਕਸ਼ਨ ਦੇ ਵਿੱਚੋਂ ਇੰਦਰਜੀਤ ਜੀ, ਜਿਹੜੀ ਸਭ ਤੋਂ ਡਰਾਉਣੀ ਔਰ ਭਿਆਨਕ ਗੱਲ ਹੈ ਉਹ ਇਹ ਹੈ ਕਿ ਕੁਲਭੂਸ਼ਣ ਯਾਦਵ ਜਿਹੜੇ ਹਜੇ ਵੀ ਪਾਕਿਸਤਾਨੀ ਹੱਥਾਂ ਵਿੱਚ ਨੇ, ਉਹ ਪਾਕਿਸਤਾਨੀ ਹੱਥ ਜਿਹੜੇ ਜ਼ਾਲਮ ਔਰ ਕਰੂਰਤਾ ਦਾ ਪ੍ਰਤੀਕ ਹੈ, ਜਿਹੜਾ ਦੇਸ਼ ਇਹ ਜ਼ਾਲਮ ਕਾਰਵਾਈਆਂ ਵਿੱਚ, ਜਿਹੜੇ ਅਸੀਂ ਪਿੱਛੇ ਸਰਬਜੀਤ ਦੇ ਸਿਲਸਿਲੇ ਦੇ ਵਿੱਚ ਵੇਖੀਆਂ ਜਾਂ ਹੋਰ ਵੀ ਉਦਾਹਰਣਾਂ ਨੇ, ਇਹ ਜਿਹੜਾ ਦੇਸ਼ ਦੇ ਹੱਥਾਂ ਦੇ ਵਿੱਚ ਸਾਡੇ ਕੁਲਭੂਸ਼ਣ ਯਾਦਵ ਦਾ ਹੋਣਾ ਔਰ ਉਸਦੇ ਨਾਲ ਦੀ ਨਾਲ ਉੱਥੇ ਹੋਰ ਜਿਹੜੇ ਕੈਦੀ ਨੇ ਉਹਨਾਂ ਦਾ ਉਹਨਾਂ ਦੇ ਹੱਥਾਂ ਵਿੱਚ ਹੋਣਾ, ਇਹ ਸਾਨੂੰ ਇੱਕ ਡਰਾਉਂਦਾ ਕਿ ਇਹ ਸਾਡੇ ਬਾਕੀ ਕੈਦੀਆਂ ਨੂੰ ਕੁਲਭੂਸ਼ਣ ਯਾਦਵ ਸਮੇਤ ਕਿਸੇ ਤਰ੍ਹਾਂ ਦੇ ਤਸੀਹੇ ਦੇਣੇ ਔਰ ਕਿਸੇ ਤਰ੍ਹਾਂ ਦੀ ਕਰੂਰਤਾ ਦੀ ਹੱਦ ਤੱਕ। ਬਿਲਕੁਲ, ਹਜੇ ਵੀ ਫਿਕਰ ਵਾਲੀ ਗੱਲ ਹੈ, ਹਾਲਾਂਕਿ ਫਾਂਸੀ ਤੇ ਰੋਕ ਲੱਗ ਗਈ ਹੈ, ਇਸੇ ਕਰਕੇ ਭਾਰਤ ਸਰਕਾਰ ਦਾ ਅਗਲਾ ਕਦਮ ਉਸ ਤੇ ਸਭ ਦੀਆਂ ਨਜ਼ਰਾਂ ਬਣੀਆਂ ਨੇ। ਆ ਰਹੀ ਹੈ ਰਿੰਪਲ ਮਿੱਡਾ ਜੀ, ਆ ਰਹੀ ਹੈ ਇਸ ਵਿਚਾਲੇ ਜਸਤੇਜ ਅਰੋੜਾ ਜੀ ਕੁਝ ਕਹਿਣਾ ਚਾਹ ਰਹੇ ਸੀ। ਜਸਤੇਜ ਅਰੋੜਾ ਜੀ, ਹਾਂਜੀ ਇੰਦਰਜੀਤ ਜੀ, ਦੇਖੋ ਇਹ ਜਿਹੜਾ ਕੋਰਟ ਹੈ ਨਾ, ਇਹਦੇ 'ਚ ਜਦ ਵੀ ਕੇਸ ਰੈਫਰ ਹੁੰਦਾ ਕੋਈ ਇਹਦੇ ਖਿਲਾਫ਼ ਕੋਈ ਅਪੀਲ ਨਹੀਂ ਹੈ। ਸੋ ਇੱਕ ਗੱਲ ਤਾਂ ਪੱਕੀ ਹੋਊਗੀ ਕਿ ਵੀ ਇਹ ਜਿਹੜੀ ਇੰਟਾਇਰ ਮੈਜਰ ਮਿਲੇ ਆ ਸਾਨੂੰ ਪ੍ਰੋਟੈਕਸ਼ਨ ਦੇ, ਇਹ ਮਤਲਬ ਟਿਲ ਦਾ ਪੈਂਡੈਂਸੀ ਆਫ ਦਾ ਕੇਸ ਦੇ ਵਿਲ ਰਿਮੇਨ ਇਨ ਫੋਰਸ। ਹੁਣ ਜਿਹੜੀ ਮੇਨ ਪ੍ਰੋਬਲਮ ਜੋ ਅਸੀਂ ਇੱਥੇ ਡਿਸਕਸ਼ਨ 'ਚ ਕਰ ਰਹੇ ਹਾਂ ਕਿ ਵੀ ਉਹ ਇਸ ਵੇਲੇ ਫਿਰ ਵੀ ਸਾਨੂੰ ਪਤਾ ਹੈ ਕਿ ਜਾਧਵ ਜੀ ਦੀ ਜਾਨ ਖਤਰੇ 'ਚ ਹੈ। ਸੋ ਮੇਰੇ ਖਿਆਲ ਤੋਂ ਇੰਡੀਅਨ ਗਵਰਨਮੈਂਟ ਨੂੰ ਇੱਕ ਐਪਲੀਕੇਸ਼ਨ ਮੂਵ ਕਰਨੀ ਚਾਹੀਦੀ ਹੈ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਕਿ ਜਿਹੜੀ ਇੰਟਾਇਰ ਕਸਟਡੀ ਵੀ ਹੈ ਨਾ ਜਾਧਵ ਜੀ ਦੀ, ਉਹ ਕਿਸੇ ਹੋਰ ਮੁਲਕ ਨੂੰ ਦੇ ਦੇਣ। ਦੇਖੋ ਇੰਡੀਆ ਨੂੰ ਤਾਂ ਦੇਣ ਨੂੰ ਕਦੀ ਪਾਕਿਸਤਾਨ ਤਿਆਰ ਨਹੀਂ ਹੋਏਗਾ, ਠੀਕ ਹੈ, ਐਂਡ ਨਾ ਕੋਰਟ ਤਿਆਰ ਹੋਏਗੀ। ਸੋ ਇੰਟਾਇਰ ਕਸਟਡੀ ਇਸ ਵੇਲੇ ਪਾਕਿਸਤਾਨ ਤੋਂ ਹਟਾ ਕੇ ਕਿਸੇ ਹੋਰ ਮੁਲਕ ਨੂੰ ਦੇ ਦੇਣੀ ਚਾਹੀਦੀ ਹੈ ਟਿਲ ਦਾ ਪੈਂਡੈਂਸੀ ਆਫ ਦਾ ਕੇਸ। ਇਟ ਵਿਲ ਦੈਨ ਬੀ ਓਨਲੀ ਮੇਡ ਸ਼ਿਓਰ ਕਿ ਉਹਨਾਂ ਦੀ ਜਾਨ ਨੂੰ ਕੋਈ ਖਤਰਾ ਨਹੀਂ ਹੋਏਗਾ, ਭਾਵੇਂ US ਨੂੰ ਦੇ ਦੇਣ, ਭਾਵੇਂ ਕੋਰਟ ਆਪ ਲੈ ਲਏ ਉਹਨਾਂ ਦੀ ਕਸਟਡੀ ਇੰਟਾਇਰ। ਸੋ ਦਿਸ ਇਜ਼ ਮਾਈ ਸਜੈਸ਼ਨ ਐਟ ਦੀ ਐਂਡ ਆਫ ਦਾ ਡੇ। ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਇਸ ਚਰਚਾ ਦੇ ਵਿੱਚ ਸ਼ਾਮਲ ਹੋਣ ਦੇ ਲਈ, ਤੇ ਅਸੀਂ ਵੀ ਉਮੀਦ ਇਹੀ ਕਰਦੇ ਹਾਂ ਕਿ ਜਲਦ ਹੀ ਕੁਲਭੂਸ਼ਣ ਯਾਦਵ ਜੋ ਹੈ ਉਹ ਸੁਰੱਖਿਅਤ ਭਾਰਤ ਵਾਪਸ ਪਰਤਣ। ਬਰਾੜ ਸਾਹਿਬ ਤੁਹਾਡਾ ਵੀ ਧੰਨਵਾਦ, ਅਰੋੜਾ ਸਾਹਿਬ ਤੁਹਾਡਾ ਵੀ ਧੰਨਵਾਦ, ਤਾਲੀਵਾਲ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ, ਬ੍ਰਿਗੇਡੀਅਰ ਸਾਹਿਬ ਤੁਹਾਡਾ ਵੀ ਚਰਚਾ 'ਚ ਸ਼ਾਮਲ ਹੋਣ ਦੇ ਲਈ ਧੰਨਵਾਦ, ਮਿੱਡਾ ਸਾਹਿਬ ਤੁਹਾਡਾ ਵੀ ਧੰਨਵਾਦ, ਪੁੱਲਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ। ਤਾਂ ਇਸ ਵਿਚਾਲੇ ਜੋ ਸਵਾਲ ਅਸੀਂ ਆਪਣੇ ਦਰਸ਼ਕਾਂ ਨੂੰ ਪੁੱਛਿਆ ਸੀ ਉਸ 'ਤੇ ਰਾਏ ਵੀ ਆ ਚੁੱਕੀ ਹੈ ਮੈਸੇਜ ਦੇ ਜ਼ਰੀਏ। ਸਵਾਲ ਸੀ ਕਿ ਕੀ ਕੁਲਭੂਸ਼ਣ ਮਾਮਲੇ ਦੇ ਵਿੱਚ ਭਾਰਤ ਦੀ ਜਿੱਤ ਵੱਡੀ ਕਾਮਯਾਬੀ ਹੈ। ਤੁਹਾਡੀ ਰਾਏ ਜੋ ਸਾਡੇ ਤੱਕ ਪਹੁੰਚੀ ਹੈ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ, 83% ਦਰਸ਼ਕਾਂ ਨੇ ਹਾਂ 'ਚ ਜਵਾਬ ਦਿੱਤਾ, ਯਾਨੀ ਕਿ 83% ਦਰਸ਼ਕ ਮੰਨਦੇ ਨੇ ਕਿ ਇਹ ਭਾਰਤ ਦੀ ਵੱਡੀ ਕਾਮਯਾਬੀ ਹੈ, ਜਦਕਿ 17% ਦਰਸ਼ਕ ਇਸ ਨਾਲ ਸਹਿਮਤ ਨਹੀਂ ਹੈ। ਅਤੇ ਅਸੀਂ ਉਮੀਦ ਕਰਦੇ ਹਾਂ ਕਿ ਜਲਦ ਹੀ ਜੋ ਹੈ ਕਾਮਯਾਬੀ ਭਾਰਤ ਨੂੰ ਅਸਲ ਦੇ ਵਿੱਚ ਮਿਲ ਜਾਏਗੀ ਜਦੋਂ ਕੁਲਭੂਸ਼ਣ ਯਾਦਵ
ਭਾਰਤ ਵਿੱਚ ਸੁਰੱਖਿਅਤ ਵਾਪਸ ਪਰਤ ਆਉਣਗੇ, ਪਰ ਨਜ਼ਰਾਂ ਬਣੀਆਂ ਰਹਿਣਗੀਆਂ ਸਰਕਾਰ ਦਾ ਅਗਲਾ ਕਦਮ ਕੀ ਹੋਏਗਾ।